ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਸਵਾਗਤ ਹੈ ਜੀ ਨਵੇਂ ਬਲੌਗ 'ਚ। ਅਤੇ ਮਿੱਤਰੋ, ਕੱਲ੍ਹ ਆਪਾਂ ਨੇ ਬਲੌਗ ਪਾਇਆ ਸੀ ਟਰੈਕਟਰ ਦਾ ਜੀ, ਸੋਨਾਲੀਕਾ 35 ਦਾ, ਅਤੇ ਆਪਣੀ ਵੀਡੀਓ ਵਧੀਆ ਚੱਲੀ ਕੱਲ੍ਹ ਵਾਲੀ। ਕਈ ਸਾਰੇ ਵੀਰਾਂ ਦੇ ਫੋਨ ਵੀ ਆਏ, ਰਾਤ ਵੀ ਆਏ, ਅੱਜ ਵੀ ਸਵੇਰੇ ਫੋਨ ਆਏ, ਅਤੇ ਟਰੈਕਟਰ ਆਪਾਂ ਨੇ ਦੇ ਤਾ ਜੀ, ਤੁਹਾਨੂੰ ਮਿਲਾਉਂਦੇ ਜਿਹਨਾਂ ਨੇ ਟਰੈਕਟਰ ਲਿਆ ਜੀ। ਅੰਕਲ ਜੀ ਸਤਿ ਸ਼੍ਰੀ ਅਕਾਲ ਜੀ, ਹੋਰ ਠੀਕ ਹੈ ਜੀ? ਵਧੀਆ ਅੰਕਲ ਜੀ, ਇਹਨਾਂ ਪੈਸੇ ਮੇਰੇ ਹਿਸਾਬ ਨਾਲ ਮਹੀਨਾ ਹੋ ਗਿਆ ਆਪਣੇ ਟੱਚ ਵਿੱਚ ਆ, ਪਹਿਲਾਂ ਵੀ ਟਰੈਕਟਰ ਆਏ ਸੀ ਦੇਖਣ ਚਾਹੁੰਦੀ ਯਾਰ। ਅਤੇ ਹੋਰ ਜੀ ਕਿੱਦਾਂ ਲੱਗਿਆ ਟਰੈਕਟਰ ਜੀ? ਬਹੁਤ ਵਧੀਆ, ਤੇਰੀ ਵੀਡੀਓ ਦੇਖ ਕੇ ਆਏ ਆ। ਠੀਕ ਹੈ ਜੀ, ਬਹੁਤ ਤੇਰੀ ਵੀਡੀਓ ਦੇ ਨਾਲ ਵਧੀਆ ਚੱਲਦਾ ਕੰਮ, ਪਤਾ ਲੱਗ ਜਾਂਦਾ ਬੰਦੇ ਨੂੰ ਜਿਹਨੇ ਦੂਰ ਤੇ ਆਉਣਾ। ਬਿਲਕੁਲ ਜੀ ਬਿਲਕੁਲ, ਆਏ ਆ ਜੀ, ਟਾਈਮ ਖਰਾਬ ਨਹੀਂ ਹੁੰਦਾ, ਜਿਹੜਾ ਬੰਦਾ ਲੈਣੇ ਵਾਲਾ ਹੁੰਦਾ ਉਹਨੂੰ ਪਤਾ ਲੱਗ ਜਾਂਦਾ ਜੀ ਵੀ ਜਣੀ ਕਿ ਆਪਣੇ ਕੋਲ ਟਰੈਕਟਰ ਆਈ ਜਾਂਦੇ ਡੇਲੀ ਨਵੇਂ ਪੁਰਾਣੇ, ਹੈ ਨਾ ਜੀ? ਕਿਹੜਾ ਪਿੰਡ ਅੰਕਲ ਜੀ? ਸੈਂਪਲਾ ਪਿੰਡ ਜੀ। ਸੈਂਪਲਾ ਪਿੰਡ ਜੀ, ਆਪਣਾ ਚੁੰਨੀ ਕੋਲ? ਹਾਂਜੀ ਹਾਂਜੀ, ਚੁੰਨੀ ਕੋਲ ਸੈਂਪਲਾ ਸੈਂਪਲ ਜੀ। ਹਾਂਜੀ ਹਾਂ, ਠੀਕ ਹੈ। ਇਹ ਪਿੰਡ ਇਕੱਠੇ ਆ ਦੋਵੇਂ ਅਲੱਗ ਅਲੱਗ ਆ ਜੀ? ਇਕੱਠੇ ਆ ਜੀ, ਸੈਂਪਲਾ ਸੈਂਪਲ ਇਕੱਠੇ ਆ, ਨਾਲੇ ਨਾਲ ਆ। ਬਿਲਕੁਲ ਨਾਲੇ ਨਾਲ। ਠੀਕ ਆ ਠੀਕ ਆ ਜੀ। ਪਹਿਲਾਂ ਵੀ ਟਰੈਕਟਰ ਰੱਖੇ ਮੈਂ ਕੋਈ? ਹਾਂਜੀ ਹਾਂ। ਕਿਹੜਾ ਕਿਹੜਾ ਜੀ? ਇੱਕ ਜੌਂਡੀਅਰ ਆ, ਇੱਕ 3630 ਹੈ। ਇੱਕ ਜੌਂਡੀਅਰ, ਇੱਕ 3630, ਠੀਕ ਹੈ। ਜਾਨੀ ਹੁਣ ਸੋਨਾਲੀਕਾ ਲੈ ਕੇ ਚੱਲੇ ਹਾਂ। ਠੀਕ ਹੈ ਠੀਕ ਹੈ। ਇਹ ਤਾਂ ਅੰਕਲ ਜੀ ਕਹਿੰਦੇ ਵੀ ਛੋਟੇ ਮੋਟੇ ਕੰਮ ਨੂੰ ਰੱਖਣਾ ਅਸੀਂ। ਹਾਂ, ਵੈਸੇ ਤਾਂ ਇਹਦੇ ਨਾਲ ਕੰਮ ਜਿਹੜਾ ਮਰਜ਼ੀ ਕਰੀ ਜਾਇਓ ਜੀ, ਰੋਟਾਵੇਟਰ 'ਤੇ ਚਲਾ ਲਿਓ ਉਹਨੂੰ, ਐਨ ਜਾਣੀ ਕਿ ਸਾਰੇ ਪਾਸੇ ਨੂੰ ਵਧੀਆ ਕੰਮ ਦਊਗਾ ਟਰੈਕਟਰ। ਨਾਲ ਦੋ ਮੁੰਡੇ ਵੀ ਸ਼ਰਮਦੇ ਆ ਬਾਈ ਥੋੜ੍ਹਾ ਜਿਹਾ। ਬਾਈ ਆ ਜਾਓ ਯਾਰ, ਤੁਸੀਂ ਵੀ ਆ ਜਾਓ, ਅੜੀ ਯਾਰ ਆ ਜਾਓ, ਦੇ ਜਾਓ ਤਾਂ ਬਾਈ ਦੇ ਡਿਲੀਵਰੀ ਕਰ ਟਰੈਕਟਰ ਦੀ। ਲਓ ਜੀ ਲਓ, ਆ ਜਾਓ ਜੀ। ਚਾਬੀ ਬਾਈ ਅਸੀਂ ਨਵੀਂ ਬਣਾਉਣੀ ਦਿੱਤੀ ਹੋਈ ਆ। ਬਾਈ ਖੜ੍ਹ ਜਾਓ, ਤੁਸੀਂ ਵੀ ਖੜ੍ਹ ਜਾਓ, ਅੰਕਲ ਜੀ ਖੜ੍ਹ ਜਾਓ ਨਾਲ। ਵਾਹ ਜੀ, ਲਓ ਜੀ ਬਾਈ, ਠੀਕ ਹੈ ਵੀਰੇ, ਮੁਬਾਰਕ ਹੈ ਵੀਰੇ ਤੁਹਾਨੂੰ ਵੀ, ਬਹੁਤ ਬਹੁਤ ਦੋਨਾਂ ਨੂੰ, ਭਰਾਵਾਂ ਨੂੰ। ਠੀਕ ਹੈ ਜੀ, ਇਹ ਆਪਣੇ ਜੀ ਮੁੰਡਾ ਮੇਰਾ, ਠੀਕ ਹੈ ਜੀ, ਇਹ ਮੁੰਡਾ, ਇਹ ਭਤੀਜਾ। ਠੀਕ ਹੈ ਠੀਕ ਹੈ, ਮੁੰਡੇ ਜਗਦੇ ਬਹੁਤ ਆ ਜੀ, ਕਹਿੰਦੇ ਮੁੰਡੇ ਦਾ ਹੁਣ ਹੀ ਜਗਦਾ ਜੀ, ਹੈ ਜੀ ਜਗਦੇ ਤਾਂ। ਠੀਕ ਹੈ ਠੀਕ ਹੈ ਜੀ, ਚਲੋ ਹੁਣ ਛਤਰੀ ਲਵਾਉਣੀ ਇਹਨੂੰ। ਠੀਕ ਹੈ ਠੀਕ ਹੈ ਜੀ, ਮੁੰਡੇ ਕਹਿੰਦੇ ਬਾਈ ਛਤਰੀ ਪਾਵਲੇ ਵੀਰੇ, ਮੁੰਡੇ ਕਹਿੰਦੇ ਛਤਰੀ ਦੂਈ ਲਵਾ ਕੇ ਲਿਆਉਣੀ ਫਾਈਬਰ ਵਾਲੀ। ਹਾਂ, ਕਰਾਲੀ ਲੱਗਦੀ, ਉੱਧਰ ਵੀ ਲੱਗਦੀ ਇਹਨਾਂ ਦੇ, ਫਤਿਹਗੜ੍ਹ ਸਰਹੰਦ ਵੱਲ ਲੱਗਦੀ ਹੋਊਗੀ। ਹੁਣ ਤੁਹਾਨੂੰ ਦੇ ਤਾ, ਹੁਣ ਜੋ ਮਰਜ਼ੀ ਕਰਾਈ ਜਾਓ ਜੀ, ਹੈ ਜੀ, ਹੁਣ ਗਾਹ ਤੁਹਾਡੀ ਟੈਨਸ਼ਨ। ਹਾਂਜੀ ਹਾਂਜੀ, ਕੋਈ ਗੱਲੇ ਨਹੀਂ ਜੀ, ਤੁਹਾਨੂੰ ਅੰਕਲ ਆਪਾਂ ਨੇ ਹੁਣ ਵੀ ਤਸੱਲੀ ਦਿੱਤੀ ਆ ਟਰੈਕਟਰ ਦੀ। ਠੀਕ ਹੈ ਜੀ, ਹਾਂ, ਜੇ ਕੋਈ ਤੁਹਾਨੂੰ ਲੱਗਿਆ ਕਮੀ ਪੇਸ਼ੀ ਤਾਂ ਆਪਾਂ ਬੈਠੇ ਹਾਂ, ਕੋਈ ਚੱਕਰ ਨਹੀਂ ਹੈਗਾ। ਜੱਗੂ ਦੀ ਗਰੰਟੀ ਹੈ ਜੀ? ਹਾਂਜੀ ਹਾਂ, ਗਰੰਟੀ ਮੇਰੇ ਵੱਲੋਂ ਆਈ ਪੂਰੀ, ਕੋਈ ਦਵੇ ਨਾ ਦਵੇ। ਠੀਕ ਹੈ ਜੀ, ਬਾਕੀ ਬਾਈ ਆਪਣੇ ਕੋਲ 45 ਵੀ ਇੱਕ ਹੋਰ ਜੋਤ ਪਾਲਾ ਜੀ, ਕਿਆ ਹਾਲ ਆ ਜੀ? ਵਧੀਆ, ਠੀਕ ਹੈ ਵੀਰੇ, ਜੋਤ ਲਿਆ ਤਾ ਬਾਈ ਟਰੈਕਟਰ ਚਲਾ ਕੇ, ਜਿਹੜਾ ਟਰੈਕਟਰ ਜੋਤ ਚਲਾ ਕੇ ਲਿਆਉਂਦਾ ਉਹ ਟਰੈਕਟਰ ਬਹੁਤ ਦਿਨ ਖੜਦਾ ਨਹੀਂ ਹੈ। ਖੜਦਾ ਨਹੀਂ ਹੈ, ਹੈ ਜੋਤ? ਕਿਸਮਤ ਨਾਲ ਲੈ ਕੇ ਆਉਂਦਾ ਨਾਲੇ 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 ਨਾਲੇ, ਸਹੀ ਗੱਲ ਆ ਬਾਈ। ਹਾਂਜੀ ਹਾਂ ਹਾਂ, ਲਓ ਜੀ ਲਓ ਲਓ ਬਾਈ, ਮਿੱਤਰੋ ਹਫ਼ਤਾ ਸਟਾਰਟ। ਆਵਾਜ਼ ਸੁਣੋ ਬਾਈ ਟਰੈਕਟਰ ਦੀ, ਕਿਆ ਪਿਆਰੀ ਆ, ਐਨ ਦਾਣੇ ਗਿਣਦਾ ਇੰਜਣ ਪੂਰੇ। ਇੱਕ ਟਰੈਕਟਰ ਆਪਣੇ ਕੋਲ ਬਾਈ 2 ਦਿਨੇ ਖੜਿਆ, ਇਹ 30 ਦਿਨ ਸਮਝ ਲਓ ਵਿਕ ਲਿਆ ਟਰੈਕਟਰ। ਬਾਲਾ ਜੀ ਆ ਜਾਓ ਯਾਰ, ਲੰਘੇ ਤੁਸੀਂ, ਕਾਹਦੀ? ਇੰਡੋ 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 ਕੈਨੇਡੀਅਨ ਟਰੈਕਟਰ ਬਾਈ ਵੀ ਬਾਈ, ਜ਼ਿਆਦਾ ਟਰੈਕਟਰ ਜਾਂਦਾ ਜਾਲ ਦੀ ਨਾਲੇ ਅਪਰੇਟ ਕਰ ਦਿੰਦਾ ਵੀ ਟਰੈਕਟਰ ਸੇਲ ਹੋ ਗਿਆ ਹੈ ਬਾਈ ਇੰਸਟਾਗ੍ਰਾਮ 'ਤੇ ਬਾਈ। ਬਿਲਕੁਲ ਬਾਈ, ਆਹੋ ਗੱਲ ਤਾਂ ਠੀਕ ਆ, ਪਤਾ ਲੱਗ ਜਾਂਦਾ ਵੀ ਇਹ ਟਰੈਕਟਰ ਸਾਡੇ ਕੋਲ ਵਿਕ ਲਿਆ। ਠੀਕ ਆ ਵੀਰੇ, ਓਕੇ। ਲਓ ਜੀ ਬਾਈ,
ਪਰ ਅਮਨ ਬਾਈ ਵੀ ਅੱਜ ਟਰੈਕਟਰ ਲੱਗਿਆ ਧੋਣ ਜੌਂ ਡੀਅਰ, ਅੱਜ ਅਸੀਂ ਲੈ ਟਰੈਕਟਰ ਧੋਤੇ ਸੀ ਬਾਈ ਸਾਰੇ ਹੀ, ਅਤੇ ਨਾਲੇ ਅੱਜ ਬਾਈ ਕਹਿੰਦਾ ਅਸੀਂ ਵੀ ਨਾਲੇ ਧੋ ਦੇਣੇ ਆ। ਬਾਈ ਨਾ ਕੋਲ ਅੱਜ ਨਵਾਂ ਟਰੈਕਟਰ ਆ ਗਿਆ 5510 ਹੋਰ, ਠੀਕ ਹੈ ਜੀ। ਇਹ ਬਾਈ ਤੁਹਾਨੂੰ ਆਪਾਂ ਦੱਸਿਆ ਤਾਂ ਉੱਦਣ ਵੀ ਬਲੌਗ 'ਚ ਵੀ ਇਹਦੇ ਕਈ ਮਾਡਲ ਨੇ, ਰਿਵਰਸ PTO, ਡਬਲ PTO, ਠੀਕ ਹੈ ਜੀ। ਇੱਕ ਇਹਦੇ ਸਿੰਕਰੋਮੈਸ਼ ਗੇਅਰ ਮਾਡਲ ਹੈ, ਇਹਦੇ ਵਿੱਚ ਮਤਲਬ ਕਿ ਹੈਗੇ ਨੇ 5-6 ਮਾਡਲ ਆਉਂਦੇ ਨੇ ਜੀ, 52-52 ਜੇ ਆਪਾਂ ਕਹੋਗੇ 52-10 ਨਾ, ਇਹਦੇ 'ਚ ਜਾਣੀ ਕਿ ਸਾਰੇ ਮਾਡਲ ਅਲੱਗ ਅਲੱਗ ਨੇ। ਇੱਕ ਫੀਚਰ ਤੁਹਾਨੂੰ ਕਿਸੇ ਟਰੈਕਟਰ 'ਚ ਨਹੀਂ ਮਿਲਣੇ ਹੈ ਜੀ। 50-42 ਬਾਈ, ਹੋਰ ਵੀਰੇ ਅੱਜ ਕਿੱਧਰ ਗਿਆ ਪਤਾ ਬਾਈ ਬੰਦੇ, ਤੈਨੂੰ ਲੱਭੀ ਕਿਹੜੇ ਗਾ ਟਰੈਕਟਰ ਲੈਣ ਆਇਆ ਅੱਜ? ਮੈਂ ਯਾਰ ਇਹ ਪਤਾ ਵੀਰੇ, ਅੱਛਾ ਕੰਮ ਜਾ ਗਿਆ, ਠੀਕ ਆ। ਹੋਰ ਹੋਰ ਵਧੀਆ ਵੀਰੇ, ਚੜ੍ਹਦੀ ਕਲਾ ਠੀਕ ਠਾਕ। ਕਿੱਧਰ ਤਿਆਰੀਆਂ ਖਿੱਚੀਆਂ ਫੌਜਾਂ ਨੇ? ਤਿਆਰੀਆਂ ਬਸ ਬਾਈ, ਰਿਸ਼ਤੇਦਾਰੀ 'ਚ ਜਾਣਾ ਕਿਤੇ ਅੱਜ। ਅੱਛਾ ਹਾਂ, ਵਧੀਆ। ਹੋਰ ਹੋਰ ਟਰੈਕਟਰ ਤੋਂ ਆਉਂਗਾ ਉਹਨਾਂ ਨੂੰ? ਹਾਂ ਮਾੜਾ ਜਿਹਾ ਪਾਣੀ ਮਾਰ ਦਿਆ, ਲੱਗਿਆ ਪੰਪ ਲਾਇਆ ਵਾ। ਬਿਲਕੁਲ ਬਾਈ, ਹੁਣ ਤੁਹਾਡੇ ਪੰਪ ਦਾ ਮਾਰਦੇ ਬਾਈ। ਕਿਹੜਾ ਮਾਡਲ ਹੈ ਵੀਰੇ ਇਹ? ਵੀਰੇ ਹੈਗਾ 13 ਮਾਡਲ। 13 ਮਾਡਲ ਹੈ ਬਾਈ, 13 ਮਾਡਲ ਹੈ, 50-42 45 HP 'ਚ ਹੈ ਨਾ ਬਾਈ? ਇਹ 50-50 DU ਇੱਕ ਤਰ੍ਹਾਂ ਦਾ ਯਾਰ। ਇਹ ਅੱਛਾ, ਕੋਈ ਫਰਕ ਹੀ ਨਹੀਂ ਹੈਗਾ ਹੈ? ਨਹੀਂ, ਮਾੜਾ ਮੋਟਾ ਹੀ। ਟਾਇਰ ਬਾਈ ਪਿਛਲੇ 90 ਪੈਸੇ ਹੀ ਆ, ਰਿਮਾਂ ਦੀ ਕੰਡੀਸ਼ਨ ਥੋੜ੍ਹੀ ਜਿਹੀ ਡਾਊਨ ਆ, ਰਿਮਾਂ ਦਾ ਰੰਗ ਉਤਰਿਆ ਵਾ ਕਿਨਾਰੀਆਂ 'ਤੇ, ਠੀਕ ਹੈ ਜੀ। ਆ ਦੇਖੋ ਬਾਕੀ ਟਰੈਕਟਰ ਤੇ ਹੋਰ ਮਾੜੀ ਮੋਟਾ ਬਾਈ, ਟਰੈਕਟਰ ਵੈਸੇ ਥੋੜ੍ਹਾ ਬਹੁਤਾ ਕੰਮ ਕਾਰ ਹੋਣੇ ਵਾਲਾ, ਹਲਕਾ ਫੁਲਕਾ ਜਿਹਾ ਪੈਸੇ ਲੱਗਣੇ ਨੇ ਟਰੈਕਟਰ 'ਤੇ। ਟਾਇਰਾਂ ਟੂਰਾਂ ਦਾ ਓਕੇ ਆ, ਛਤਰੀ ਲੱਗੀ ਵੀ ਫਾਈਬਰ ਵਾਲੀ, ਠੀਕ ਹੈ ਜੀ। ਬਾਕੀ ਤਾਂ ਬਾਈ ਲਗਭਗ ਠੀਕ ਹੈ, ਇੰਜਣ ਗੇਅਰ ਤਾਂ ਵਧੀਆ, ਇੰਜਣ ਗੇਅਰ ਤਾਂ ਤੁਹਾਨੂੰ ਪਤਾ ਬਾਈ, ਇੰਜਣ ਗੇਅਰ 'ਤੇ ਤਾਂ ਹਿੱਲਦਾ ਹੀ ਨਹੀਂ ਕਿਤੇ 'ਤੇ, ਇੰਜਣ ਗੇਅਰ ਨਹੀਂ ਸੌਖਾ ਜਿਹਾ ਲਾਉਂਦਾ ਹੈਗਾ ਇਹ। ਅਤੇ ਰੇਟ ਇਹਦਾ ਬਾਈ ਹੈਗਾ 3,30,000 ਰੁਪਈਆ, ਬਾਕੀ ਰੇਟ ਇਹਦਾ ਮੌਕੇ 'ਤੇ ਕਰਾ ਦਾਂਗੇ ਬਾਈ, ਜਿਹਨੇ ਲੈਣਾ ਹੋਇਆ, ਚਾਹਵਾਨ ਵੀਰ ਸੱਜਣ ਹੋਇਆ ਕੋਈ। ਪਾਵੜੇ ਵੀਰ ਕਿੰਨੇ ਦੇਣਾ ਟਰੈਕਟਰ ਇਹ? ਕਿੰਨੇ ਦੇਣਾ ਟਰੈਕਟਰ? 3.5 ਦਾ ਵੀਰੇ, 3.5 ਦਾ। ਇਹ ਮਾਲਕ ਦੱਸਣਗੇ ਇਹ ਬਾਈ, ਡਿਮਾਂਡ ਕਰਦੇ ਆ ਕਿ ਦੇਣਾ ਇਹਨੇ ਦਾ? ਇਹ ਡਿਮਾਂਡ ਵੀਰੇ, ਸਾਡਾ ਮਾਲਕ ਵੀਰ ਹੈ ਜੌਂਡੀਅਰ ਦਾ, ਕਿਸੇ ਨੇ ਜੌਂਡੀਅਰ ਕੋਈ ਲੈਣਾ ਹੋਵੇ, ਵੇਚਣਾ ਹੋਵੇ, ਸਰਵਿਸ ਕਰਾਉਣੀ ਹੋਵੇ, ਠੀਕ ਹੈ ਜੀ, ਕੋਈ ਕਿਸੇ ਨੇ ਜੌਂਡੀਅਰ ਦਾ ਸਪੇਅਰ ਪਾਰਟ ਲੈਣਾ, ਬਾਈ ਨੂੰ ਬਾਈ ਐਨੀ ਟਾਈਮ ਕੰਟੈਂਟ ਕਰ, ਰਾਤ ਨੂੰ 12 ਵਜੇ ਬਾਈ ਨੂੰ ਫੋਨ ਕਰ ਲਿਓ, ਤਾਂ ਵੀ ਬਾਈ ਫੋਨ, ਬਾਈ ਰਾਤ ਨੂੰ ਚੱਕੋ ਫੋਨ, ਉਹਨੇ ਮੁੱਕਰ ਗਿਆ ਬਾਈ। ਹਾਂ ਹਾਂ, ਠੀਕ ਆ, ਉਹ ਤਾਂ ਹੈ ਵੀਰੇ। ਉਹਨੇ ਵੀਰੇ ਸਾਡੇ ਵਾਲੇ ਵੀ ਧੋ ਦੀ, ਉਹ ਬਾਈ ਸਾਡੇ ਵਾਲੇ ਵੀ ਧੋ ਦੀ ਬਾਈ, ਬਾਈ ਸਰਵਿਸ ਸਟੇਸ਼ਨ ਘਰ ਦਾ ਹੀ ਲਾਇਆ ਵਾ, ਦੇਖੋ ਜਗਾੜ ਚੱਲ ਗਿਆ ਆਪਣੇ ਵੀਰੇ, ਮਾਰਦੀ ਸਾਰਿਆਂ ਪਰ ਹੈ, ਪਰ ਟਰੈਕਟਰ ਤੁਹਾਨੂੰ 10 ਰੁਪਏ ਦੇ ਦੇਣੇ। ਬਾਕੀ ਵੀਰੇ ਟਰੈਕਟਰ ਹੋਰ ਖੜ੍ਹੇ ਨੇ ਆਪਣੇ ਕੋਲ ਸੈਕਿੰਡ ਹੈਂਡ, ਜੇ ਕਿਸੇ ਵੀਰ ਨੇ ਕੋਈ ਹੋਰ ਟਰੈਕਟਰ ਲੈਣਾ ਤਾਂ ਉਹ ਵੀ ਦੇਖ ਲਿਓ ਆ ਕੇ। ਸੋਨਾ ਲੀਕਾ 745-19 ਮਾਡਲ, ਇੰਡੋ ਫਾਰਮ ਆਏ ਜੀ ਇੱਕ ਆਪਣੇ ਕੋਲ ਅੱਜ, 735 ਖੜ੍ਹਾ ਜੀ 10 ਮਾਡਲ, ਠੀਕ ਹੈ ਜੀ। ਅਤੇ ਇੱਕ ਆਪਣੇ ਕੋਲ ਫਾਰਮ ਟਰੈਕ ਆਇਆ ਜੀ 55, ਬਹੁਤ ਬਹੁਤ ਵਧੀਆ ਕੰਡੀਸ਼ਨ ਦਾ, ਠੀਕ ਹੈ ਜੀ। ਅਤੇ ਜਿਹਨੇ ਵੀ ਜਿਹੜਾ ਵੀ ਟਰੈਕਟਰ ਲੈਣਾ, ਤੁਹਾਨੂੰ ਹਰੇਕ ਤਰ੍ਹਾਂ ਦਾ ਟਰੈਕਟਰ ਮਿਲ ਜੂਗਾ ਇੱਥੇ, ਠੀਕ ਹੈ ਜੀ।
ਤੇ ਬਾਕੀ ਬਾਈ ਸਾਡੇ ਸੋਨਾਲੀ ਕਾਲਿਆਂ ਕੋਲ ਵੀ ਇੱਕ ਖੜਾ ਟਰੈਕਟਰ, ਤੁਹਾਨੂੰ ਪਹਿਲਾਂ ਵੀ ਦਿਖਾਇਆ, ਡੀ ਆਈ 60 ਨੀਲੇ ਪੀਲੇ ਰੰਗ ਵਾਲਾ ਬਾਈ ਆਹ ਖੜਾ ਜੀ। ਜੇ ਕਿਸੇ ਨੇ ਡੀ ਆਈ 60 ਲੈਣਾ ਹੋਇਆ ਬਾਈ ਦੇਖ ਲਓ ਇਹਨਾਂ ਕੋਲ ਖੜਾ ਹੈ ਟਰੈਕਟਰ। ਹੁਣ ਲਗਭਗ ਬਾਈ ਸਾਰੇ ਏਜੰਸੀਆਂ 'ਚ ਕਾਫੀ ਟਰੈਕਟਰ ਨਵੇਂ ਵਿਕੇ ਆ, ਬਹੁਤ ਟਰੈਕਟਰ ਵਿੱਚ ਘੱਟ ਹੋ ਗਏ, ਠੀਕ ਹੈ ਜੀ। ਕਈ ਬਾਈ ਕਈ ਬਾਈ ਬਾਈ ਰੇਟ ਸੁਣ ਕੇ ਨਹੀਂ ਆਉਂਦੇ ਵੀ ਰੇਟ ਵੱਧ ਮੰਗਦੇ, ਵੀਰੇ ਰੇਟ ਸਿਰਫ ਡਿਮਾਂਡ ਏ ਕਰਦੇ ਹੁੰਦੇ ਏਜੰਸੀਆਂ ਵਾਲੇ, ਤੇ ਤੁਸੀਂ ਮੌਕੇ ਤੇ ਆਓਗੇ ਤੁਹਾਨੂੰ ਟਰੈਕਟਰ ਜਾਇਜ਼ ਕਰਕੇ ਦੇਵਾਂਗੇ ਬਿਲਕੁਲ, ਠੀਕ ਹੈ ਜੀ। ਟਰੈਕਟਰ ਤੁਹਾਨੂੰ ਮਾਰਕੀਟ ਦੇ ਰੇਟ ਵਿੱਚ ਮਿਲੂਗਾ, ਵੱਧ ਨਹੀਂ ਮਿਲਦਾ, ਜਿੰਨਾ ਰੇਟ ਹੋਇਆ ਮਾਰਕੀਟ ਦਾ ਉਨੇ 'ਚ ਟਰੈਕਟਰ ਮਿਲੂਗਾ ਬਾਈ। ਆਪਣੇ ਬੰਦੇ ਕਰਿਆ ਵੀਰੇ, ਠੀਕ ਹੈ ਜੀ। ਬਾਕੀ ਕਿਸੇ ਵੀਰ ਨੇ ਕੋਈ ਟਰੈਕਟਰ ਵੇਚਣਾ ਹੁੰਦਾ ਤਾਂ ਉਹ ਵੀ ਜ਼ਰੂਰ ਦੱਸ ਦਿਆ ਕਰੋ ਜੀ, ਠੀਕ ਹੈ ਜੀ। ਬਹੁਤ ਸਾਰੇ ਵੀਰਾਂ ਨੇ ਹੁੰਦਾ ਵੀ ਟਰੈਕਟਰ ਸਿੱਧਾ ਸੇਲ ਕਰਨਾ ਹੁੰਦਾ ਤਾਂ ਉਹ ਵੀ ਲੈ ਲੈਣੇ ਬਾਈ ਆਪਾਂ, ਠੀਕ ਹੈ ਜੀ। ਸ਼ਰਤ ਆਹੀ ਆ ਵੀ ਟਰੈਕਟਰ ਕਾਗਜ਼ ਪੱਤਰਾਂ ਦਾ ਓਕੇ ਹੋਵੇ, ਟਰੈਕਟਰ ਓਰੀਜਨਲ ਹੋਵੇ, ਠੀਕ ਹੈ ਜੀ। ਟਰੈਕਟਰ ਉੱਦਾਂ ਇੰਜਣ ਗੇਅਰ ਦਾ ਵਧੀਆ ਹੋਵੇ, ਅਤੇ ਬਾਕੀ ਬਾਈ ਜਿਹੜੀ ਵਧੀਆ ਚੀਜ਼ ਆ ਉਹ ਵੇਚਣੀ ਵੀ ਸੌਖੀ ਆ ਬਾਈ, ਠੀਕ ਹੈ ਜੀ। ਅਤੇ ਜ਼ਿਆਦਾਤਰ ਆਪਾਂ ਬਾਈ ਪੰਜਾਬ ਨੰਬਰ ਟਰੈਕਟਰ ਲੈਂਦੇ, ਲੋਕਲ ਅਸੀਂ ਟਰੈਕਟਰ ਵੱਧ ਲੈਂਦੇ ਆਪਣਾ। ਕਈ ਵੀਰ ਮੈਨੂੰ ਬਾਹਰੋਂ ਵੀ ਫੋਨ ਕਰਦੇ ਨੇ ਬਾਈ, ਹੋਰ ਸਟੇਟਾਂ 'ਚੋਂ, ਹਰਿਆਣੇ 'ਚੋਂ, ਇੱਧਰ ਬਠਿੰਡੇ ਏਰੀਏ ਤੋਂ ਬਹੁਤ ਫੋਨ ਆਉਂਦਾ ਬਾਈ, ਉੱਧਰ ਜਾਣ ਦੀ ਘੋਲ ਹੋ ਜਾਂਦੀ ਆ। ਅਸੀਂ ਚਾਹੁੰਦੇ ਹਾਂ ਥੋੜ੍ਹਾ ਜਿਹਾ ਸਾਡੇ ਏਰੀਏ ਤੋਂ ਸਾਨੂੰ ਟਰੈਕਟਰ ਮਿਲਿਓ, ਸਾਨੂੰ ਵੇਚਣਾ ਵੀ ਸੌਖਾ ਬਾਈ, ਠੀਕ ਹੈ ਜੀ। ਅਤੇ ਬਾਕੀ ਚਲੋ ਬਾਈ ਦੇਖ ਕੇ ਹੋ ਜਾਂਦਾ ਸੌਦਾ ਟਰੈਕਟਰ ਦਾ ਮੌਕੇ 'ਤੇ ਜਿੱਦਾਂ ਵੀ ਹੁੰਦਾ ਜੀ, ਠੀਕ ਆ। ਅਤੇ ਅੱਜ ਦੇ ਬਲੌਗ 'ਚ ਇੰਨਾ ਹੀ ਜੀ। ਜੇ ਤੁਹਾਨੂੰ ਆਪਣੀ ਵੀਡੀਓ ਵਧੀਆ ਲੱਗਦੀ ਹੈ ਤਾਂ ਲਾਈਕ ਜ਼ਰੂਰ ਕਰਿਆ ਕਰੋ, ਅਤੇ ਆਪਣੇ ਚੈਨਲ ਜੱਗੂ ਮਾਹਲ ਨੂੰ ਕਰਿਆ ਕਰੋ ਸਬਸਕ੍ਰਾਈਬ। ਅਤੇ ਮਿਲਦੇ ਹਾਂ ਤੁਹਾਨੂੰ ਕਿਸੇ ਹੋਰ ਨਵੇਂ ਵੀਡੀਓ 'ਚ। ਸਾਰੇ ਵੀਰਾਂ ਦਾ ਜੀ ਬਹੁਤ ਬਹੁਤ ਧੰਨਵਾਦ।